ਇਤਿਹਾਸ ਨਾਲ ਪਹਿਚਾਣ ਹੈ, ਸਾਡੀ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ। ਸੱਜਣ ਸਿੰਘ ਰੰਗਰੂਰ ਜੋ ਕਿ 23 ਮਾਰਚ ਨੂੰ ਰਿਲੀਜ਼ ਹੋ ਰਹੀ ਹੈ, ਦੀ ਬੜੀ ਬੇਸਬਰੀ ਨਾਲ ਵੇਟ ਕਰ ਰਹੇ ਹਾਂ। ਦਿਲਜੀਤ, ਵੈਸੇ ਵੀ ਉਹਨਾਂ ਦੀ ਮੂਵੀਜ਼ ਬਹੁਤ ਵਧੀਆ ਹੁੰਦੀਆਂ ਨੇ ਅਤੇ ਹਿਸਟੋਰਿਕ ਮੂਵੀ ਹੈ, ਅਸੀਂ ਟ੍ਰੇਲਰ ਦੇਖਿਆ ਬੜਾ ਹੀ ਜ਼ਬਰਦਸਤ, ਅਸੀਂ ਵੇਟ ਕਰ ਰਹੇ ਹਾਂ ਕਿ ਉਹ ਰਿਲੀਜ਼ ਹੋਵੇ ਤਾਂ ਅਸੀਂ ਦੇਖਣ ਜਾਂਦੇ। ਸੱਜਣ ਸਿੰਘ ਰੰਗਰੂਰ 23 ਮਾਰਚ। ਮੈਂ ਇਹ ਫਿਲਮ ਆਪਣੇ ਪੂਰੇ ਪਰਿਵਾਰ ਸਮੇਤ ਸਪੈਸ਼ਲੀ ਆਪਣੇ ਬੱਚਿਆਂ ਨਾਲ ਵੇਖਣ ਜਾ ਰਿਹਾ ਹਾਂ, ਕਿਉਂਕਿ ਸਾਡਾ ਇਤਿਹਾਸ ਇਹਨਾਂ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਜੰਗ ਜਿੱਤਣੀ ਪੈਣੀ ਹੈ। ਆਲ ਦਾ ਬੈਸਟ ਦਿਲਜੀਤ, ਵੀ ਆਲ ਲਵ ਯੂ। ਦਿਲਜੀਤ ਸਰ, ਬੈਸਟ ਆਫ ਲੱਕ ਫੋਰ ਦ ਮੂਵੀ। ਸੱਜਣ ਵੀਰੇ, ਮੈਂ ਪਹਿਲਾ ਸ਼ੋਅ ਦੇਖਣਾ ਹੈ।